देखने दर्शकों का बहुत बहुत धन्यवाद करता हाँ। तो इस वक्त असी पिंड शहजादा जिहड़ा कि डिस्ट्रिक्ट अमृतसर के पैंदा पिंड है, असी वह पिंड दे विच उत्थों दे साबका सरपंच सरदार हरभजन सिंह जी सानो सरदार नारायण सिंह जी उन्होंने निवास स्थान पर उन्होंने नाल बैठे हाँ। तो असी इन्हां कोलों वो सारे सवाल पुछांगे जिहड़े कि असी पूरे पंजाब में जिदा साडा सर्वे चल रहा है, तो असी जिहड़े कि सारे सरपंचां कोलों सवाल पुछदे हाँ, तो इन्हां कोलों भी असी पुछांगे कि इन्हां दे पिंड दा जिहड़ा कि विकास है वो किन्ना होया है ते किन्ना जिहड़ा है वो होण वाला है, तो इन्हां ने अपने टाइम पर किन्ना विकास कराया है, ये साबका सरपंच ने इन्होंने अपने टाइम पर किन्ना काम जिहड़ा वो करवाया सी, ते बाकी हुण जिहड़ा मौजूदा सरपंच ने जिहड़े उन्होंने किन्ना काम करवाया, तो आओ हुण तुहाडे रूबरू कराने आ सरपंच सरदार अपने हरभजन सिंह जी नूं पिंड शहजादा तो। हाँ जी भाई सरपंच साहब, तुसीं अपने पिंड वासियां नूं जां अपने पार्टी जिहड़े पार्टी दे हैड जां प्रधान उन्हां नूं कुछ कहना चाहो? पिंड वालों का धन्यवाद करने आ जी, सुखबीर बादल साहब का भी धन्यवाद करने आ जी, सुखबीर सिंह बादल उन्हां दा धन्यवाद करने आ, अकाली सरकार का बोनी साहब का भी धन्यवाद करने आ जिन्होंने सानूं मतलब पार्टी के दूजी गल भी साढ़े पिंड वाला छप्पड़िया। अच्छा जी, कि जो राज सिखन करवाई पी आ उत्थे छप्पड़ पाया गया, तो जो पिंड वाला छप्पड़िया ना। हाँ जी, वह पानी जरा हिसाब का कराची पैन दिया कहने। अच्छा जी, हाँ हूँ तक कोई हाल नहीं, हूँ बाद अपने पिंड पैन। अच्छा, मतलब कि जोड़ा राज सिखा की कलोनी जो छप्पड़ पुटिया है वो जे डेरे आ इन्हों का पिंड का पानी नहीं पै रहा, उ ਜਿਹੜੇ ਪਰ ਡੇਰੀ ਨਾ ਹਜੇ ਉਹਨਾਂ ਦਾ ਪੈਂਦਾ ਅਤੇ ਜਿਹੜਾ ਤੁਹਾਡਾ ਨਹੀਂ ਪੈਂਦਾ, ਜਿਹੜੇ ਪਿੰਡ ਵਾਲੇ ਸਜਾਦੇ ਦੇ ਮੌਜੂਦਾ ਰਹਿਣ ਵਾਲੇ ਨਾ ਇਹਨਾਂ ਦਾ ਨਹੀਂ ਪੈਂਦਾ, ਇਹਨਾਂ ਦਾ ਕਿਤੇ ਵੀ ਨਹੀਂ ਪਾਣੀ ਪੈਣ ਡਿਆ। ਕਿੱਥੇ ਜਾਂਦਾ ਸਰ? ਇਹ ਕੁਛ ਕੀ ਹੈ, ਮੈਂ ਭੈਣ ਸਿੰਘ ਦੀ ਪੈਲੀ 'ਚ ਪੈਣ ਡਿਆ, ਉਹਦੇ ਮੈਂ ਵਿੱਚ ਖੱਡਾ ਜਿਹਾ ਮਰਵਾਇਆ ਹੋਇਆ ਜਿਸ ਵੀ ਤੁਹਾਡੀ ਪੈਲੀ 'ਚ ਪੈ ਰਿਹਾ, ਸਾਡੀ ਪੈਲੀ 'ਚ ਪੈ ਰਿਹਾ, ਅਤੇ ਬਹੁਤ ਮੰਦਾ ਹਾਲ ਆ। ਜਿਹੜਾ ਛੱਪੜਿਆ ਸਰਕਾਰੀ ਉਹ ਵੀ ਨਾ ਉਹਦੀ ਖੁਦਾਈ ਕਰਾਈ ਗਈ, ਨਾ ਹੀ ਕੋਈ ਸਫਾਈ ਕਰਾਈ ਹੈ, ਅਤੇ ਨਾ ਹੀ ਖੁਦਾਈ ਕਰਾ ਕੇ ਡੂੰਘਾ ਕਰਾਇਆ, ਨਾ ਡੂੰਘਾ ਹੀ ਕਰਾਇਆ, ਨਾ ਉਹ ਕਾਗਜ਼ੀ ਲੈ ਕੇ ਪੜਾਇਆ ਹੈਗੀ ਆ, ਉਹ ਵੀ ਪੈਲੀ ਜੀ ਪੈਣ ਡਿਆ ਕਿਸੇ ਦੀ, ਉਹ ਕਬਜ਼ੇ ਦੀ ਨਾ ਹੈ, ਤਾਂ ਕਬਜ਼ੇ 'ਚ ਆ ਥੋੜ੍ਹਾ ਸਾ ਕਬਜ਼ੇ 'ਚ ਆ, ਤਾਂ ਬਾਕੀ ਨਹੀਂ, ਬਾਕੀ ਉੱਦਾਂ ਹੀ ਆ, ਪਰ ਉਹ ਜੇ ਨਿਸ਼ਾਨਦੇਹੀ ਲੈ ਕੇ ਉਹਦੀ ਉਹਨੂੰ ਚੰਗੀ ਤਰ੍ਹਾਂ ਸਫਾਈ ਕਰਵਾਉਣ ਅਤੇ ਉਹ ਜਿਹੜਾ ਕਬਜ਼ਾ ਉਹ ਵੀ ਛੁੱਟ ਸਕਦਾ, ਛੁੱਟ ਸਕਦਾ, ਅਤੇ ਪਰ ਇਹ ਤਾਂ ਡਿਪੈਂਡ ਕਰਦਾ ਨਾ ਜੀ, ਜਿਹੜੇ ਅੱਗੇ ਵਰਕਰ ਲੱਗੇ ਨੇ ਉਹਨਾਂ 'ਤੇ ਡਿਪੈਂਡ ਕਰਦਾ। ਹਾਂਜੀ ਹਾਂਜੀ, ਕਿ ਉਹ ਕੰਮ ਕਰਨੇ ਸਾਰਾ ਉਹਨਾਂ ਦੇ ਰਿਸਪੋਂਸੀਬਿਲਿਟੀ ਬਣਦੀ, ਤੁਸੀਂ ਤਾਂ ਹੁਣ ਤੁਹਾਡਾ ਦੇ ਤੁਹਾਡੀ ਤਾਂ ਜ਼ਿੰਮੇਵਾਰੀ ਨਹੀਂ, ਅਤੇ ਇਹ ਤਾਂ ਉਹਨਾਂ ਦੇ ਬਣਦਾ, ਅਤੇ ਬਾਕੀ ਆ ਪਾਣੀ ਵੱਲੋਂ ਤਾਂ ਤੁਸੀਂ ਵੀ ਕਹਿ ਸਕਦੇ ਜੇ ਇਹੋ ਜਿਹੀ ਗੱਲ ਨਹੀਂ, ਇਹ ਤੁਸੀਂ ਕਹਿ ਸਕਦੇ ਜੇ ਜਾ ਕੇ ਵੀ ਸਾਡੇ ਵੇਖੋ ਆ ਕੇ ਕੀ ਹਾਲ ਆ, ਹੁਣ ਆ ਤੁਹਾਡੇ ਜਿੱਦਾਂ ਪਾਣੀ ਦਾ ਤੁਸੀਂ ਦੱਸਿਆ ਹੈ, ਅਤੇ ਇਹ ਕਿੰਨੇ ਚਿਰ ਤੋਂ ਇੱਦਾਂ ਹੈ ਜੀ? ਗੱਲ ਨੂੰ ਕੋਈ ਕਿਉਂਕਿ ਇਹਨਾਂ ਨੇ ਜਿਹੜੇ ਕੰਮਾਂ ਦੇ ਆਧਾਰ 'ਤੇ ਇਹਨਾਂ ਦੇ ਅੱਗੇ ਜਾਂਦੇ ਪਾਰਟੀਆਂ ਦੇ ਬੜੀਆਂ ਸਲੋਨ ਪਾਰਟੀ। ਹਾਂਜੀ ਹਾਂਜੀ, ਆਮ ਪਾਰਟੀ। ਹਾਂਜੀ, ਅਤੇ ਦੋ ਹੀ ਨੇ ਹਾਂਜੀ ਹਾਂਜੀ, ਬਿਲਕੁਲ। ਅਤੇ ਹੋਰ ਸਰਪੰਚ ਸਾਹਿਬ, ਕੁਛ ਤੁਸੀਂ ਕਹਿਣਾ ਚਾਹੋ ਪਿੰਡ ਵਾਸੀਆਂ ਬਾਰੇ ਜਾਂ ਪਿੰਡ ਬਾਰੇ ਕੁਝ ਦੱਸਣਾ ਚਾਹੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ? ਪਿੰਡ ਵਾਲਾ ਵੀ ਉਹੀ ਹੈ ਵੀ ਧੰਨਵਾਦ ਆ ਪਿੰਡ ਵਾਲਿਆਂ ਵੱਲੋਂ, ਪਿੰਡ ਦਾ ਸਾਡੇ ਦਾ ਬਹੁਤ ਸਲੂਕ ਆ, ਅਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਵੀ ਸਰਕਾਰ ਨੂੰ ਬਿਤਾ ਕੇ ਇਹਨਾਂ ਨੂੰ ਕਾਮਯਾਬ ਕਰੋ ਅਤੇ ਅਕਾਲੀ ਦਲ ਸਰਕਾਰ ਨੂੰ ਵੋਟਾਂ ਪਾ ਕੇ ਅਤੇ ਕਾਮਯਾਬ ਕਰੋ। ਤੁਹਾਨੂੰ ਵੀ ਸਰਪੰਚ ਸਾਹਿਬ, ਤੁਹਾਨੂੰ ਵੀ ਪਿੰਡ ਵਾਸੀਆਂ ਨੂੰ ਬੇਨਤੀ ਅਸੀਂ ਵੀ ਕਰਦੇ ਹਾਂ ਆਪਣੇ ਚੈਨਲ ਵੱਲੋਂ ਕਿ ਤੁਹਾਨੂੰ ਵੀ ਵੋਟਾਂ ਪਾਉਣ ਅਤੇ ਤੁਸੀਂ ਵੀ ਜਿੱਤੋ, ਕੰਮ ਨੇ ਉਹ ਕਰਾਓ ਅਤੇ ਮਤੇ ਜ਼ਰੂਰ ਪਾਇਓ ਐਤਕਾਂ। ਬਹੁਤ ਬਹੁਤ ਸਰਪੰਚ ਸਾਹਿਬ ਤੁਹਾਡਾ। ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੂਕ ਚੈਨਲ ਤੋਂ, ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਵਕਤ ਅਸੀਂ ਪਿੰਡ ਸ਼ਹਿਜਾਦਾ ਜਿਹੜਾ ਕਿ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ, ਅਤੇ ਅਸੀਂ ਉੱਥੋਂ ਦੇ ਸਾਬਕਾ ਸਰਪੰਚ ਸਰਦਾਰ ਹਰਭਜਨ ਸਿੰਘ ਜੀ ਦੇ ਨਾਲ ਨਿਵਾਸ ਸਥਾਨ 'ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਅਤੇ ਜਿੱਦਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਜਿਹੜਾ ਵਿਕਾਸ ਹੈ
ਪਹਿਲਾਂ ਦੋਨਾਂ ਦੇ ਟਾਈਮ 'ਤੇ ਕਿਸੇ ਨੇ ਮਤਲਬ ਕਿ ਕੋਈ ਇੱਦਾਂ ਹੀ ਕਹਿ ਦਿੱਤਾ ਕਿ ਸਾਡੇ ਪਿੰਡ ਦੇ ਵਿੱਚ ਸਾਰੇ ਜਿਹੜੇ ਕੰਮ ਹੋਏ ਨੇ ਅਤੇ ਇਹਨਾਂ ਦੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਮਿਲੀ ਸਿਰਫ ਇਸੇ ਇਹੋ ਗੱਲ ਕਹਿਣ ਦੇ ਕਾਰਨ। ਅਤੇ ਹੁਣ ਜਿਹੜੇ ਕਿ ਕਾਂਗਰਸ ਦੇ ਸਰਪੰਚ ਬਣੇ ਸਨ ਉਹਨਾਂ ਦੀ ਡੈਥ ਹੋ ਚੁੱਕੀ ਹੈ ਅਤੇ ਜਿਹੜੇ ਹੁਣ ਲਾਏ ਨੇ ਪ੍ਰਬੰਧਕ ਇੱਥੋਂ ਅਤੇ ਉਹ ਕੰਮ ਕਰਵਾ ਰਹੇ ਨੇ ਅਤੇ ਆਪਣੀ ਸਰਕਾਰ ਅੱਗੇ ਅਪੀਲ ਕਰਦੇ ਨੇ ਕਿ ਪੂਰੇ ਜਿਹੜੇ ਇੱਥੇ ਲਾਗੇ ਬੰਨੇ ਘਰ ਨੇ 5-7 ਉਹਨਾਂ ਦਾ ਜਿਹੜਾ ਪਾਣੀ ਹੈ ਉਹ ਇਹਨਾਂ ਦੀ ਪੈਲੀ ਦੇ ਵਿੱਚ ਪੈ ਰਿਹਾ ਹੈ ਜਿਹੜਾ ਕਿ ਇਹਨਾਂ ਦੀ ਫਸਲ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਅਤੇ ਉੱਥੇ ਫਸਲ ਉੱਗਣੀ ਵੀ ਜਿਹੜੀ ਹੈ ਉਹ ਬਹੁਤ ਮੁਸ਼ਕਲ ਹੈ। ਅਤੇ ਬਾਕੀ ਜਿਹੜਾ ਹੋਰ ਪਿੰਡ ਹੈ ਪੂਰਾ ਸਹਿਜਾਦਾ ਉਹਦਾ ਪਾਣੀ ਪਰਲੇ ਬੰਨੇ ਦੂਜੀਆਂ ਪੈਲੀਆਂ ਵਿੱਚ ਜਾ ਰਿਹਾ ਹੈ ਅਤੇ ਇਹ ਜਿਹੜੀ ਸਹਿਜਾਦਾ ਪਿੰਡ ਦਾ ਜਿਹੜਾ ਪਾਣੀ ਹੈ ਇਹ ਕਿਤੇ ਇਹਦਾ ਨਿਕਾਸ ਨਹੀਂ ਹੈਗਾ ਅਤੇ ਸਿਰਫ ਜਿਹੜੇ ਪਰੇ ਇਹਨਾਂ ਨੇ ਕਲੋਨੀ ਕੱਟੀ ਹੈ ਜੀ ਆਪਣੇ ਰਾਸ ਇਹਨਾਂ ਦੀ ਰਾਸਖਾਂ ਦੀ ਉੱਥੇ ਛੱਪੜ ਟੁੱਟਿਆ ਹੈ ਅਤੇ ਉਹਨਾਂ ਦਾ ਹੀ ਸਿਰਫ ਪਾਣੀ ਉੱਥੇ ਜਾਂਦਾ ਹੈ ਜਾਂ ਡੇਰਿਆਂ ਦਾ ਪਾਣੀ ਜਾਂਦਾ ਹੈ ਅਤੇ ਇਹ ਸ਼ਹਿਜਾਦਾ ਪਿੰਡ ਦਾ ਪਾਣੀ ਉੱਥੇ ਨਹੀਂ ਜਾਂਦਾ। ਅਤੇ ਅਸੀਂ ਖੁਦ ਅਪੀਲ ਕਰਦੇ ਹਾਂ ਕਿ ਸ਼ਹਿਜਾਦਾ ਪਿੰਡ ਦਾ ਜਿਹੜਾ ਪਾਣੀ ਹੈ ਪਾਣੀ ਦਾ ਨਿਕਾਸ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਇਹ ਪਾਣੀ ਜਿਹੜਾ ਹੈ ਇਹ ਕੱਢਿਆ ਜਾਵੇ ਅਤੇ ਆਪਣੇ ਛੱਪੜ ਨੂੰ ਉੱਥੇ ਛੱਪੜ ਨੂੰ ਵੀ ਚਾਹੇ ਕੱਢ ਦਿੱਤਾ ਜਾਵੇ ਪਰ ਇਹਦਾ ਨਿਕਾਸ ਜ਼ਰੂਰ ਕੀਤਾ ਜਾਵੇ ਤਾਂ ਕਿ ਇੱਥੋਂ ਦੇ ਜਿਹੜੇ ਲੋਕ ਨੇ ਉਹ ਗੰਦੇ ਪਾਣੀ ਤੋਂ ਨਿਜਾਤ ਪਾ ਸਕਣ। ਅਤੇ ਇਹ ਵੈਸੇ ਹੀ ਕਰੋਨਾ ਜਿਹੜੀ ਬਿਮਾਰੀ ਚੱਲ ਰਹੀ ਹੈ ਇਹ ਗੰਦਗੀ ਤੋਂ ਹੀ ਜ਼ਿਆਦਾ ਮਤਲਬ ਉੱਦਾਂ ਹੀ ਹੋ ਰਹੀ ਹੈ ਅਤੇ ਗੰਦਗੀ ਨਾਲ ਤਾਂ ਹੋਰ ਜ਼ਿਆਦਾ ਹੋਏਗੀ ਅਤੇ ਜਿਹੜਾ ਗੰਦਾ ਪਾਣੀ ਹੈ ਇਹ ਵੈਸੇ ਹੀ ਜਦੋਂ ਖੜਾ ਰਹਿੰਦਾ ਹੈ ਤਾਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਨੇ। ਪਟਨਾ ਤੋਂ ਦੇਖ ਰਹੇ ਦਿਸਕਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।